ਹਾਂਜੀ, ਕਿਸੇ ਨੇ ਵੀ ਆਪਣੇ ਵਿਆਹ ਸ਼ਾਦੀ 'ਤੇ, ਕੋਈ ਸਕੂਲ ਫੰਕਸ਼ਨ 'ਤੇ, ਕੋਈ ਕਾਲਜ 'ਤੇ, ਜਾਂ ਕਿਤੇ ਵੀ ਕੋਈ ਡਾਂਸ ਪਰਫੋਰਮੈਂਸ, ਭੰਗੜਾ ਪਰਫੋਰਮੈਂਸ ਤੁਸੀਂ ਤਿਆਰ ਕਰਨੀ ਆ, ਅਤੇ ਆਪਾਂ ਜਿੰਨੇ ਵੀ ਹੁਣ ਤੱਕ ਸਟੈਪ ਤੁਹਾਨੂੰ ਸਾਰੇ ਸਿਖਾਏ ਆ, ਸੋ ਉਹ ਸਾਰਿਆਂ ਨੂੰ ਕੰਬਾਈਨ ਕਰਕੇ ਆਪਾਂ ਅੱਜ ਇੱਕ ਗਾਣੇ 'ਤੇ ਪਰਫੋਰਮ ਕਰਾਂਗੇ, ਅਤੇ ਫਿਰ ਤੁਸੀਂ ਇਹਨੂੰ ਜਿੱਥੇ ਮਰਜ਼ੀ ਪਰਫੋਰਮ ਕਰ ਸਕਦੇ ਹੋ, ਬਹੁਤ ਹੀ ਸੋਹਣਾ ਲੱਗੇਗਾ। ਸੋ ਆਪਾਂ ਸ਼ੁਰੂ ਕਰਦੇ ਹਾਂ ਵੀ ਆਪਾਂ ਕਿਹੜੇ ਕਿਹੜੇ ਸਟੈਪ ਸਿਖਾਤੇ ਆ, ਅਤੇ ਜਿਨ੍ਹਾਂ ਨੇ ਡਿਟੇਲ 'ਚ ਨਹੀਂ ਸਿੱਖੇ ਉਹ ਮੇਰੇ ਡਿਟੇਲ ਟਿਊਟੋਰੀਅਲ ਤੁਸੀਂ ਪਲੇਲਿਸਟ 'ਚ ਜਾ ਕੇ ਵੇਖ ਸਕਦੇ ਜੀ। ਸੋ ਸਾਰਿਆਂ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਬੈਲ ਆਈਕਨ ਔਨ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਪਹਿਲੇ ਤੋਂ ਵੇਖ ਸਕੋ। ਨਾਲ ਅੱਜ ਆਪਾਂ ਤੁਹਾਨੂੰ ਹੌਲੀ ਹੌਲੀ ਸਟੈਪ ਵੀ ਸਿਖਾਉਣੇ ਆ, ਅਤੇ ਨਾਲ ਨਾਲ ਜੇ ਤੁਸੀਂ ਡਿਟੇਲ ਜ਼ਿਆਦਾ ਵੇਖਣੀ ਆ ਤਾਂ ਪੂਰੀਆਂ ਵੀਡੀਓ ਵੇਖ ਲਿਓ, ਬਾਕੀ ਤੁਹਾਨੂੰ ਇੱਥੋਂ ਵੀ ਸਮਝ ਆਜੂਗੀ। ਅਤੇ ਚਲੋ ਕਰਦੇ ਹਾਂ ਆਪਾਂ ਸ਼ੁਰੂ। ਸੋ ਸਭ ਤੋਂ ਪਹਿਲਾਂ ਸਟੈਪ ਆਪਾਂ ਸਿਖਾਇਆ ਪੰਜਾਬ, ਲੈਫਟ ਲੈਗ ਤੋਂ ਸ਼ੁਰੂ ਹੋਣਾ ਵਾ, ਅਤੇ ਹੱਥ ਜਿਹੜੇ ਤੁਹਾਡੇ ਆ ਉੱਪਰ ਨੂੰ ਹੋਣੇ ਦੋਵੇਂ ਤਾਂਹ ਨੂੰ, ਠੀਕ ਆ। ਲੈਫਟ ਲੈਗ ਨੂੰ ਚੁੱਕ ਕੇ ਤੁਸੀਂ ਰਾਈਟ 'ਤੇ ਇੱਦਾਂ ਮਾਰਨਾ ਆ, ਫਿਰ ਵਾਪਸ, ਫਿਰ ਇਹਨੂੰ ਇੱਧਰ ਨੂੰ ਚੱਕ ਕੇ ਇੱਧਰ ਮਾਰਨਾ, ਫਿਰ ਇਹਨੂੰ ਵਾਪਸ, ਠੀਕ ਆ ਜੀ। ਫਿਰ ਨਾਲ ਬਾਹਾਂ ਥੱਲੇ ਆਉਣੀਆਂ ਕਿੱਦਾਂ ਹੋਣੀਆਂ, 1 2 3 4, ਠੀਕ ਆ ਜੀ। ਜਿਵੇਂ ਜਿਵੇਂ ਲੱਤ ਥੱਲੇ ਮਾਰਨੀ ਉਵੇਂ ਉਵੇਂ ਬਾਹਾਂ ਥੱਲੇ, ਠੀਕ ਆ ਜੀ। ਸੋ ਪਹਿਲਾ ਸਟੈਪ ਇਹ ਹੋ ਗਿਆ। ਦੂਜਾ ਸਟੈਪ ਆਪਾਂ ਸਟਾਇਆ ਜੀ ਪਟਾਕਾ। ਸੋ ਪਟਾਕਾ ਸਟੈਪ ਕਿੱਦਾਂ ਹੋਣਾ, ਇਹ ਵੀ ਖੱਬੀ ਲੱਤ ਤੋਂ। ਸੋ ਜਦੋਂ ਤੁਸੀਂ ਖੱਬੀ ਲੱਤ ਮਾਰਨੀ ਆ, ਨਾਲ ਹੀ ਹੱਥ ਤੁਹਾਡਾ ਥੱਲੇ ਇਹ ਵਾਲਾ ਹੋਣਾ ਚਾਹੀਦਾ, ਤੁਸੀਂ ਕੀ ਕੀਤਾ, 1, ਫਿਰ ਸੱਜੀ ਵਾਰੀ ਆ ਹੱਥ ਥੱਲੇ, 2, ਫਿਰ ਜਦੋਂ ਖੱਬੀ ਲੱਤ ਮਾਰੀ ਇਹਨੂੰ ਥੱਲੇ ਨੂੰ ਖਿੱਚਿਆ, 3 ਅਤੇ 4। ਬਾਕੀ ਸਾਰੇ ਸਟੈਪਾਂ ਦੇ ਵਿੱਚ ਤੁਸੀਂ ਜੰਪਿੰਗ ਜ਼ਰੂਰ ਕਰਨੀ ਹੈ, ਅਤੇ ਸਮਾਈਲ ਦਾ ਜ਼ਰੂਰ ਧਿਆਨ ਰੱਖਣਾ ਕਿ ਸਮਾਈਲ ਹੁੰਦੀ ਰਹੇ। ਤੀਜਾ ਸਟੈਪ ਆਪਾਂ ਸਿਖਾਇਆ ਜੀ ਤੇਜ਼ ਤਾੜੀ ਝੂਮਰ। ਤੇਜ਼ ਤਾੜੀ ਝੂਮਰ ਦੇ ਵਿੱਚ ਕੀ ਕੀਤਾ, ਉਹ ਵੀ ਖੱਬੀ ਲੱਤ ਤੋਂ ਸ਼ੁਰੂ ਹੋਇਆ। ਪਹਿਲਾ ਸਟੈਪ ਆਪਾਂ ਕੀਤਾ ਲੱਤ ਬਾਹਰ ਨੂੰ ਮਾਰੀ, 1, ਦੂਜੇ ਦੇ ਵਿੱਚ ਬਾਹਰ, 2, ਹੱਥ ਇੱਦਾਂ ਹੀ ਰਹਿਣਗੇ, ਤੀਜੇ ਦੇ ਵਿੱਚ ਆਹ ਹੱਥ ਪਿੱਛੇ ਆਹ ਵਾਲਾ ਇੱਥੇ ਛਾਤੀ 'ਤੇ, ਅਤੇ ਚੌਥੇ ਦੇ ਉੱਤੇ ਆ ਕਲੈਪ ਕਰ ਲੈਣੀ, ਠੀਕ ਹੈ ਜੀ। ਕਿੱਦਾਂ ਹੋਣਾ, 1 2 3 ਅਤੇ 4, ਠੀਕ ਹੈ ਜੀ। ਫਿਰ ਆਪਾਂ ਸਟੈਪ ਸਿਖਾਇਆ ਜੀ ਚੁਟਕੀਆਂ। ਚੁਟਕੀਆਂ ਸਟੈਪ ਆਪਾਂ ਕਿੱਦਾਂ ਸਿਖਾਇਆ, ਉਹ ਸੱਜੀ ਲੱਤ ਤੋਂ ਸ਼ੁਰੂ ਹੋਣਾ, ਤੁਸੀਂ ਆਹ ਲੱਤ ਨੂੰ ਅੱਗੇ ਕੀਤਾ, ਨਾਲ ਹੱਥ ਤੁਹਾਡੇ ਥੱਲੇ ਆਉਣੇ, 1 2 3 4, ਠੀਕ ਹੈ ਜੀ। ਬਹੁਤ ਸਿੰਪਲ ਸਟੈਪ ਆ। ਫਿਰ ਇਹ ਤੋਂ ਬਾਅਦ ਆਪਾਂ ਸਿਖਾਇਆ ਲਹਿਰੀ ਆ, ਉਹ ਕਿੱਦਾਂ ਕਰਨਾ, 5 6 7 8, ਮਤਲਬ ਉਹਦੇ ਵਾਂਗੂ ਹੀ ਆ, ਬਸ ਹੈਂਡ ਮੂਵਮੈਂਟ ਚੇਂਜ ਹੋਣੀ। ਜਦੋਂ ਤੁਹਾਡੇ ਲੱਤ ਥੱਲੇ ਮਾਰਨੀ, ਹੱਥ ਥੱਲੇ ਆਹ ਵਾਲਾ, ਦੂਜਾ ਥੱਲੇ, ਫਿਰ ਆਹ ਵਾਲਾ ਉੱਪਰ, ਠੀਕ ਹੈ ਜੀ। ਆ ਕਿੱਦਾਂ ਕੀਤਾ, 1 2 3 4, ਠੀਕ ਹੈ ਜੀ। ਉਹ ਤੋਂ ਬਾਅਦ ਆਪਾਂ ਸਿਖਾਇਆ ਜੀ ਸਿੰਗਲ ਝਾਫੇ। ਸਿੰਗਲ ਝਾਫਾ ਖੱਬੀ ਲੱਤ ਤੋਂ ਸਟਾਰਟ ਹੋਇਆ, ਜੇ ਪਟਾਕੇ ਵਾਂਗੂ ਹੀ ਆ ਸ਼ੁਰੂ ਕੀਤਾ ਆਪਾਂ। ਖੱਬੀ ਲੱਤ ਨੂੰ ਆਪਾਂ ਬਾਹਰ ਨੂੰ ਮਾਰਿਆ, ਨਾਲ ਹੀ ਹੱਥ ਥੱਲੇ ਆਪਾਂ ਅੱਗੇ ਕਿੱਦਾਂ ਕਰਨਾ, 1 2 3 4, ਠੀਕ ਹੈ ਜੀ, ਸਿੰਪਲ ਆ। ਅਤੇ ਡਬਲ ਝਾਫੇ ਦੇ ਵਿੱਚ ਕੀ ਹੋਣਾ ਵਾ, ਦੋਵੇਂ ਹੱਥ ਥੱਲੇ ਅਤੇ ਦੋਵੇਂ ਹੱਥ ਉੱਪਰ, ਲੱਤ ਆਪਣੀ ਖੱਬੀ ਪਹਿਲਾਂ ਚੱਲਣੀ ਹੈ। ਕਿੱਦਾਂ ਕੀਤਾ, 1 2 3 4 5 6 7 8, ਠੀਕ ਹੈ ਜੀ। ਫਿਰ ਇੱਕ ਆਪਾਂ ਸਟੈਪ ਸਿਖਾਇਆ ਭੰਗੜਾ ਚਾਲ। ਕਿੱਦਾਂ ਕੀਤਾ, ਆਪਾਂ ਇਹਨਾਂ ਨੂੰ ਬੈਂਡ ਕੀਤਾ ਦੋਵਾਂ ਲੈਗਸ ਨੂੰ, ਠੀਕ ਹੈ ਜੀ। ਆਹ ਹੱਥ ਨੂੰ ਆਪਾਂ ਘੈਂਟਾ ਦਾ ਲੋਗੋ ਬਣਾਇਆ, ਆਹ ਹੱਥ ਸਿੱਧਾ, ਆਹ ਹੱਥ ਇੱਥੇ ਛਾਤੀ ਦੇ ਸਾਹਮਣੇ। ਅਤੇ ਕਿੱਦਾਂ ਜਾ ਆਪਾਂ ਕੀਤਾ, 1 2 3 4 5 6 7 8, ਠੀਕ ਹੈ ਜੀ। ਸੋ ਇਹ ਸਾਰੇ ਸਟੈਪ ਆਪਾਂ ਹੁਣ ਇੱਕ ਗਾਣੇ 'ਤੇ ਆਪਾਂ ਪਰਫੋਰਮ ਕਰਾਂਗੇ, ਅਤੇ ਚੈੱਕ ਕਰਿਓ ਕਿੰਨੇ ਸੋਹਣੇ ਲੱਗਦੇ ਆ। ਬਾਕੀ ਡਿਟੇਲ ਲਈ ਤੁਸੀਂ ਪਲੇਲਿਸਟ ਵੇਖ ਸਕਦੇ ਜੀ। ਚਲੋ ਆਓ ਵੇਖਦੇ ਹਾਂ। ਨਾਮ ਜਿਵੇਂ ਇੱਟ ਰਹਿੰਦੀ, ਪੈਰੀ ਰੱਖੇ ਕਰਕੇ ਗੋਡੇ ਤੇ ਬੈਂਡਨੀ, ਚੱਕਣੇ ਲੱਗੇ ਨਾ ਪੱਟੂ ਲਾਉ ਤਾਂ ਬੈਂਦਨੀ, ਪਹਿਲੀਆਂ ਤੋਂ ਕੱਬਰੂ ਕਰਾਉਂਦਾ ਰਹਿੰਦੀ। ਚਾਚੇ ਚ ਨਾਮ ਜਿਵੇਂ ਇੱਟ ਰਹਿੰਦੀ, ਪੈਰੀ ਰੱਖੇ ਕਰਕੇ ਗੋਡੇ ਤੇ ਬੈਂਡਨੀ, ਚੱਕਣੇ ਲੱਗੇ ਨਾ ਪੱਟੂ ਲਾਉ ਤਾਂ ਬੈਂਦਨੀ, ਪਹਿਲੀਆਂ ਤੋਂ ਕੱਬਰੂ ਕਰਾਉਂਦਾ ਰਹਿੰਦੀ। ਸ਼ਹਿਰ ਦੀ ਹਵਾ ਵੀ ਹੋਈ ਸਾਡੇ ਵੱਲ ਦੀ, ਅੱਜ ਸਾਡੇ ਵੱਲ ਦੀ ਪਤਾ ਨੀ ਕੱਲ ਦੀ ਬਦਲੇ। ਸੋ ਕਿਵੇਂ ਲੱਗੀ?
ਵੀਡੀਓ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਅੱਗੇ ਵੀ ਤੁਹਾਨੂੰ ਇੱਦਾਂ ਦੀਆਂ ਵੀਡੀਓ ਬਣਾ ਬਣਾ ਕੇ ਸਟੈਪ ਸਿਖਾਉਂਦੇ ਰਹਾਂਗੇ। ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ, ਕੀਪ ਸਪੋਰਟਿੰਗ।